ਪਿਆਰ ਨਾਲ ਜਿਸ ਪਾਪ ਪੌੜੀ ਦਾ ਪਾਠ ਅਸਾਂ
ਸਾਡੇ ਨਾਲ ਨਾਲ ਗਾਇਨ ਕਰਦੇ ਹਾਂ ਸ਼ਰਮ ਕੀਤਾ ਆਓ ਉਸ ਪਾਰ ਪੌੜੀ ਦੇ ਆਖਰੀ ਅੱਖਾਂ ਨੂੰ ਥੋੜ੍ਹਾ ਦੱਸਣ ਦੇ ਲਈ ਗਾਵੈ ਕੋ ਤਾਂ ਹੋਵੈ ਕਿਸੇ ਤਾਂ ਤਾਂ ਦਾ ਬਲ ਜਿਸ ਮਨੁੱਖ ਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਬਲ ਤਾਕਤ ਦਿੱਤੀ ਉਹਦੇ ਗੁਣਾਂ ਨੂੰ ਦਾਤ ਦਾਤ ਦਾ ਗਿਫਟ ਉਹਦੀਆਂ ਦਾਤਾਂ ਜਾਣ ਹੀ ਨਿਸ਼ਾਨ ਪਰਮਾਤਮਾ ਦੀਆਂ ਦਿੱਤੀਆਂ ਉਹਦੀਆਂ ਦਾਤਾਂ ਨੂੰ ਉਹ ਉਹਦੀ ਬਖਸ਼ਿਸ਼ ਸਮਝਦਾ ਹੈ ਇਸ ਗਿਫਟ ਆਫ ਗ੍ਰੇਸ ਚਾਰ ਚਾਰ ਅਰਥ ਇੱਥੇ ਗਿਣਤੀ ਦੇ ਚਾਰ ਨੇ ਚਾਰ ਅਰਥ ਗ੍ਰੇਟਨੈਸ ਉਹਦੇ ਗੁਣਾਂ ਦੀ ਖੂਬਸੂਰਤਾ ਉਹਦੇ ਗੁਣਾਂ ਦੀ ਸੁੰਦਰਤਾ ਵਿਖਮ ਦਾ ਅਰਥ ਡਿਫੀਕਲਟ ਔਖਾ ਵਿਚਾਰ ਦਾ ਅਰਥ ਹੈ ਵਿਚਾਰ ਕਰਨੀ ਸਾਥ ਕਰੇ ਦਾ ਅਰਥ ਹੈ ਸਜਾਉਣਾ ਸਵਾਰ ਤਨ ਖੇ ਦਾ ਅਰਥ ਹੈ ਬੋਡੀ ਫਰੋਮ ਡਸਟ ਪਾਪ ਸਰੀਰ ਨੂੰ ਮਿੱਟੀ ਵਿੱਚ ਮਿਲਾ ਹਾਦਰਾ ਹਦੂਰ ਦਾ ਮੀਨਿੰਗ ਹੈ ਕੋ ਸਾਡੇ ਅੰਗ ਸੰਗ ਸਾਡੇ ਕੋਲ ਸਾਡੇ ਫੇਸ ਟੂ ਫੇਸ ਸਾਡੇ ਸਾਹਮਣੇ ਕਥਨ ਦਾ ਅਰਥ ਕਥਨਾ ਰਿਪੀਟ ਕਰਨਾ ਕੋਟ ਸ਼ਬਦ ਸੰਸਕ੍ਰਿਤ ਦੇ ਕੋਟੀ ਤੋਂ ਬਣਿਆ ਹੈ ਜਿਹਦਾ ਅਰਥ ਹੈ ਕਰੋੜਾਂ ਵਾਲਾ ਵਿਗਸੇ ਦਾ ਅਰਥ ਹੈ ਖਿੜਨਾ ਖੜਾ ਬੇਪਰਵਾਹ ਦਾ ਅਰਥ ਹੈ ਕਿ ਜਿਸ ਨੂੰ ਕਿਸੇ ਦੀ ਚਿੰਤਾ ਨਹੀਂ ਸੋ ਇਹ ਪਾਪ ਪੌੜੀ ਨੇ ਜੋ ਅਸਾਂ ਨੇ ਹੁਣੇ ਆਖਰੀ ਅਰਥ ਸਮਝਣ ਦਾ ਯਤਨ ਕੀਤਾ ਇਹਦੇ ਵਿੱਚ ਜਿਹੜੀ ਪਹਿਲੀ ਪੰਕਤੀ ਦੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਗਾਵੈ ਕੋ ਤਾਂ ਫਸਟ ਵਿਸ਼ਰਾਮ ਦਿੱਤੀ ਜਿਹੜੇ ਅਗਲੇ ਵਿਸ਼ਰਾਮ ਨੇ ਉਹ ਗਾਵੈ ਕੋ ਤੋਤੇ ਜਿਹੜੀ ਪਹਿਲੀ ਪੰਕਤੀ ਦਾ ਵਿਸ਼ਰਾਮ ਨੇ ਉਹ ਹੈ ਗਾਵੈ ਕੋ ਤਾਂ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਪਾਵਨ ਪੌੜੀ ਦੇ ਅੰਦਰ ਤੁਸੀਂ ਸਲਾਈਡ ਤੇ ਦੇਖ ਰਹੇ ਹੋ ਗਾਵੈ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਨੇ ਅੱਠ ਵਾਰੀ ਵਰਤਿਆ ਕੱਲੀ ਇਸ ਪੌੜੀ ਦੇ ਅੰਦਰ ਇਸ ਪਾਵਨ ਪੌੜੀ ਦੇ ਅੰਦਰ ਹਜ਼ੂਰ ਪਿਤਾ ਨੇ ਗਾਵੈ ਸ਼ਬਦ ਅੱਠ ਵਾਰੀ ਵਰਤਿਆ ਤੇ ਉਹਦੇ ਤੋਂ ਬਾਅਦ ਮੇਰੇ ਨਾਨਕ ਪਿਤਾ ਨੇ ਕਥਨਾ ਪਤੀ ਨੇ ਆਵੇ ਕੋਲ ਗੱਲ ਗਾਵੇ ਦੀ ਚੱਲ ਰਹੀ ਪਈ ਸੀ ਇੱਕਦਮ ਮੇਰੇ ਹਜ਼ੂਰ ਪਿਤਾ ਨੇ ਕਥਨ ਕਰਨ ਤੇ ਗੱਲ ਆਇਆ ਜੇਕਰ ਅਸੀਂ ਗਾਵੇ ਸ਼ਬਦ ਦਾ ਅਰਥ ਸਮਝ ਲਈਏ ਤੇ ਅੱਜ ਦੇ ਵਿਚਾਰ ਨੂੰ ਸਮਝਣਾ ਬਹੁਤ ਆਸਾਨ ਹੋ ਜਾਵੇਗਾ ਜਦੋਂ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਗਾਵੇ ਦੀ ਪੌੜੀ ਪੜ੍ਹਾਂਗੇ ਸਾਨੂੰ ਅਰਥਾਂ ਦਾ ਇੱਕਦਮ ਪਤਾ ਲੱਗ ਜਾਵੇ ਗਾਵੇ ਦਾ ਅਰਥ ਕੀ ਕਿਉਂਕਿ ਪਾਵਨ ਗੁਰਬਾਣੀ ਦੇ ਅੰਦਰ ਗਾਵੈ ਗਾਉਣਾ ਗਾਈਏ ਗਾਈ ਇਹ ਸਮਰਥਕ ਸ਼ਬਦ ਜਿਹੜੇ ਨੇ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਅੰਦਰ 1336 ਵਾਰੀ 1336 ਵਾਰ ਵਰਤੇ ਜਿਨ ਕਿਹੜਾ ਸ਼ਬਦ ਇੰਨੀ ਵਾਰੀ ਮੇਰੇ ਮਾਤਾ ਪਿਤਾ ਨੇ ਵਰਤਿਆ ਇਹਦੇ ਅਰਥ ਦਾ ਪਤਾ ਹੋਣਾ ਬੜਾ ਜ਼ਰੂਰੀ ਜੇਕਰ ਅਸੀਂ ਗਾਵੇ ਸ਼ਬਦ ਦਾ ਅਰਥ ਗਾਉਣਾ ਕਰਦੇ ਹਾਂ ਤੇ ਅਰਥ ਵਾਜਬ ਨਹੀਂ ਗਾਵੇ ਦਾ ਅਰਥ ਗਾਉਣਾ ਕਰਨਾ ਵਾਜਬ ਨਹੀਂ ਕਿਉਂਕਿ ਸਾਰੀ ਪਾਵਨ ਬਾਣੀ ਦੇ ਅੰਦਰ ਗਾਈਏ ਗਾਈ ਗਾਵੈ ਗਾਉਣਾ ਸ਼ਬਦ ਵਰਤਿਆ ਗਿਆ ਜੇਕਰ ਗਾਉਣਾ ਸ਼ਬਦ ਦਾ ਅਰਥ ਅਸੀਂ ਢੋਲਕੀਆਂ ਛੈਣੀਆਂ ਚੁੰਡਿਆਂ ਨਾਲ ਕਰਾਂਗੇ ਤੇ ਪਾਵਨ ਬਾਣੀ ਦਾ ਸ਼ਬਦ ਹੁਣੇ ਗੁਰੂ ਕੇ ਕੀਰਤਨੀਆਂ ਪੜ੍ਹ ਰਹੇ ਸਨ ਦਿਨ ਵੀ ਗਾਓ ਰੈਲੀ ਗਾਓ ਸਾਹ ਸਾਹ ਸੁਨਾਰੀ ਪਾਵਨ ਬਾਣੀ ਤਾਂ ਕਹਿ ਲਈਏ ਕਿ ਹਰ ਇੱਕ ਸਾਹ ਦੇ ਨਾਲ ਗਾਉਣਾ ਚਾਹੀਦਾ ਜਦੋਂ ਪਾਵਨ ਬਾਣੀ ਨੂੰ ਹੋਰ ਪੜ੍ਹਦੇ ਹਾਂ ਤੇ
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਊਠ ਉੱਠ ਬੈਠਤ ਸੋਵਤ ਜਾਗਤ ਮਾਰਗ ਚਲਤ ਹਰੇ ਹਰ ਬਾਈ ਉੱਠਦਿਆਂ ਬਹਿੰਦਿਆਂ ਸੁਣਦਿਆਂ ਜਾਗਦਿਆਂ ਗਾਉਣਾ ਚਾਹੀਦਾ ਤੇ ਜੇਕਰ ਇਹ ਗਾਉਣਾ ਢੋਲਕੀਆਂ ਛੈਣਿਆਂ ਚਿਮਟਿਆਂ ਨਾਲ ਇਹਦੇ ਅਰਥ ਇਹ ਕਰਾਂਗੇ ਤੇ ਫਿਰ ਕੋਈ ਐਸਾ ਵਿਅਕਤੀ ਨਹੀਂ ਜੋ ਸਾਰਾ ਦਿਨ ਆਪਣੇ ਗਲ ਵਿੱਚ ਵਾਜਾ ਪਾ ਕੇ ਢੋਲਕੀ ਪਾ ਕੇ ਗਾ ਸਕੇ ਸਰਦ ਨਹੀਂ ਨਾ ਕਰ ਫਿਰ ਇਹਦਾ ਮਤਲਬ ਹੈ ਗਾਵੇ ਦਾ ਅਰਥ ਕੁਝ ਹੋਰ ਹੈ ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕਿ ਢੋਲਕੀਆਂ ਛੈਣੇ ਨਾਲ ਗਾਉਣਾ ਨਹੀਂ ਇਹ ਨਹੀਂ ਕਹਿ ਰਿਹਾ ਇੱਥੇ ਰਸ ਇਹ ਵਿਚਾਰ ਆਪਣਾ ਸਾਂਝੀ ਕਰਨ ਦਾ ਯਤਨ ਕਰ ਰਿਹਾ ਕਿ ਗਾਵੇ ਸ਼ਬਦ ਦਾ ਅਰਥ ਗਾਉਣਾ ਨਹੀਂ ਹੈ ਢੋਲਕੀਆਂ ਛੈਣੇ ਦੇ ਨਾਲ ਸੋ ਗਾਵੇ ਸ਼ਬਦ ਦਾ ਫਿਰ ਅਰਥ ਕੀ ਹੈ ਇਸ ਨੂੰ ਸਮਝਣ ਲਈ ਅਸੀਂ ਇੱਕ ਛੋਟੀ ਜਿਹੀ ਉਦਾਹਰਨ ਸਾਂਝੀ ਕਰਾਂਗੇ ਜਿਹਦੇ ਨਾਲ ਗਾਵੇ ਸ਼ਬਦ ਦੀ ਅਰਥਤਾ ਅਰਥ ਹੋਰ ਵੀ ਸਪਸ਼ਟ ਹੋ ਜਾਣ ਜਿਵੇਂ ਕਿ ਕਿਸੇ ਵਿਅਕਤੀ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਤੇ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਉਹ ਆਪਣੇ ਪਿਆਰੇ ਦੇ ਜਿਹੜੇ ਗੁਣ ਆ ਨਾ ਉਹ ਬਾਰ ਬਾਰ ਦੂਜਿਆਂ ਦੇ ਅੱਗੇ ਬਿਆਨ ਕਰਦਾ ਕਿ ਫਲਾਣਾ ਇਸ ਤਰ੍ਹਾਂ ਦਾ ਹੈ ਜਿਹੜਾ ਉਹ ਵਿਅਕਤੀ ਬੜਾ ਚੰਗਾ ਹੈ ਉਹਦੇ 'ਚ ਆਹ ਖੂਬੀਆਂ ਨੇ ਉਹਦੇ 'ਚ ਆਹ ਵਿਸ਼ੇਸ਼ਤਾਈਆਂ ਨੇ ਉਹਦੇ 'ਚ ਆਹ ਦੂਜੇ ਉਹ ਕਿਸੇ ਨਾ ਹਾਨੇ ਭਾਨੇ ਆਪਣੇ ਜਿਸ ਨਾਲ ਪਿਆਰ ਕਰਦਾ ਹੈ ਨਾ ਉਸ ਪਿਆਰੇ ਦੇ ਹਾਨੇ ਭਾਨੇ ਗੁਣਾਂ ਦੀ ਗੱਲ ਛੇੜ ਬੈਠੇ ਵੇਖ ਪਾ ਕੇ ਸ਼ੇਰ ਬੈਠੇਗਾ ਕੋਈ ਵੀ ਗੱਲ ਚੱਲਦੀ ਹੋਈ ਗੱਲ ਆਪਣੇ ਪਿਆਰੇ ਤੇ ਲੈ ਆਵੇਗਾ ਤੇ ਸੁਣਨ ਵਾਲਾ ਬੰਦਾ ਕਹੇਗਾ ਕਿ ਪਤਾ ਨਹੀਂ ਤੇਰੇ ਸਿਰ ਤੇ ਉਹਨੇ ਕੀ ਧੂੜ ਦਿੱਤਾ ਹੈ ਕਿ ਤੂੰ ਵਾਰ ਵਾਰ ਉਹਦੇ ਹੀ ਗੁਣ ਗਾਈ ਕਰਨਾ ਹੁਣ ਉਹ ਵਾਰ ਤੇ ਨਹੀਂ ਰਿਹਾ ਪਰ ਵਾਰ ਵਾਰ ਜਦੋਂ ਕੋਈ ਕਿਸੇ ਦੇ ਗੁਣਾਂ ਦੀ ਗੱਲ ਕਰਾਂਗੇ ਵਿਸ਼ੇਸ਼ਤਾ ਦੀ ਗੱਲ ਕਰਾਂਗੇ ਖੂਬੀਆਂ ਦੀ ਗੱਲ ਕਰਾਂਗੇ ਵਾਰ ਵਾਰ ਗੁਣ ਕਹਿਣ ਨੂੰ ਗਾਉਣਾ ਕਿਹਾ ਸ਼ਾਇਦ ਗੱਲ ਪਕੜ ਚ ਆ ਗਈ ਕਿ ਜਦੋਂ ਅਸੀਂ ਕਿਸੇ ਦੇ ਆਪਣੇ ਪਿਆਰੇ ਦੇ ਵਾਰ ਵਾਰ ਉਹਦੀਆਂ ਵਿਸ਼ੇਸ਼ਤਾਈਆਂ ਨੂੰ ਉਹਦੇ ਖੂਬੀਆਂ ਨੂੰ ਅਸੀਂ ਵਾਰ ਵਾਰ ਗਾਉਂਦੇ ਹਾਂ ਹਾਨੇ ਭਾਨੇ ਉਹਦਾ ਜ਼ਿਕਰ ਕਰਦੇ ਹਾਂ ਵਲ ਪਾ ਕੇ ਗੱਲ ਆਖਦੇ ਹਾਂ ਤੇ ਸੁਣਨ ਵਾਲਾ ਬੰਦਾ ਕਹਿ ਦਿੰਦਾ ਹੈ ਕਿ ਤੈਨੂੰ ਉਹਦੇ 'ਚ ਪਤਾ ਨਹੀਂ ਕੀ ਲਿਖਿਆ ਤੈਨੂੰ ਉਹ 'ਚ ਪਤਾ ਨਹੀਂ ਕੀ ਦਿਖਾਈ ਪਿਆ ਕਿ ਤੂੰ ਉਹਦੇ ਹੀ ਗੁਣ ਗਾਈ ਕਰਨਾ ਹੁਣ ਉੱਥੇ ਕੋਈ ਵਾਜੇ ਦਾ ਥੋੜਾ ਗਾ ਰਿਹਾ ਉਹ ਤਾਂ ਵਾਰ ਵਾਰ ਆਪਣੇ ਪਿਆਰੇ ਦੇ ਗੁਣਾਂ ਦਾ ਜ਼ਿਕਰ ਕਰ ਰਿਹਾ ਉਹ ਵਾਰ ਵਾਰ ਉਹਦੇ ਖੂਬੀਆਂ ਦਾ ਜ਼ਿਕਰ ਕਰ ਰਿਹਾ ਤੇ ਵਾਰ ਵਾਰ ਉਹੀ ਵਿਅਕਤੀ ਆਪਣੇ ਪਿਆਰੇ ਦੀ ਗੱਲ ਛੇੜ ਬੈਠਦਾ ਹੈ ਜਿਹਦੇ ਦਿਲ ਅਤੇ ਦਿਮਾਗ ਵਿੱਚ ਆਪਣੇ ਪਿਆਰੇ ਦਾ ਡੂੰਘਾ ਪ੍ਰਭਾਵ ਪੈ ਚੁੱਕਾ ਹੈ ਜਿਹਦੇ ਦਿਲ ਅਤੇ ਦਿਮਾਗ ਵਿੱਚ ਆਪਣੇ ਪਿਆਰੇ ਦੀਆਂ ਖੂਬੀਆਂ ਨੇ ਕੁਝ ਕੁ ਵੱਖਰੀ ਜਗ੍ਹਾ ਬਣਾ ਸੋ ਗਾਵੇ ਦਾ ਅਰਥ ਸੋ ਗਾਵੇ ਦਾ ਅਰਥ ਬਣਦਾ ਹੈ ਸਾਜ ਨਾਲ ਗਾਉਣਾ ਨਹੀਂ ਸਗੋਂ ਬੋਲਣਾ ਕਥਨ ਕਰਨਾ ਹੈ ਕਹਿਣਾ ਹੈ ਬਿਆਨ ਕਰਨਾ ਹੈ ਤੇ ਉਹ ਬਿਆਨ ਵੀ ਡੂੰਘੇ ਪਿਆਰ ਨਾਲ ਅਪਾਰ ਸ਼ਰਧਾ ਰੱਖ ਕੇ ਜਦੋਂ ਅਸੀਂ ਕਿਸੇ ਦੇ ਗੁਣਾਂ ਨੂੰ ਗਾ ਬਿਆਨ ਕਰ ਰਹੇ ਹੋਵਾਂਗੇ ਉਹਦੀ ਵਿਸ਼ੇਸ਼ਤਾ ਦਾ ਵਰਣਨ ਕਰ ਰਹੇ ਹੋਵਾਂਗੇ ਇਹ ਅਸੀਂ ਉਹਦੇ ਗੁਣਾਂ ਨੂੰ ਗਾ ਰਹੇ ਹਾਂ ਇਹ ਸਾਡਾ ਗੋਲਾ ਹੋਵੇ ਜਿੱਥੇ ਵੀ ਗੁਰਬਾਣੀ ਦੇ ਅੰਦਰ ਗਾਵੇ ਸ਼ਬਦ ਆਵੇ ਉੱਥੇ ਡੂੰਘੇ ਪਿਆਰ ਤੇ ਅਪਾਰ ਸ਼ਰਧਾ ਦੇ ਨਾਲ ਵਾਰ ਵਾਰ ਉਹਦੇ ਗੁਣਾਂ ਨੂੰ ਕਹਿਣਾ ਬਿਆਨ ਕਰਨਾ ਬੋਲਣਾ ਕਥਨ ਕਰਨ ਦੀ ਗੱਲ ਹੋਵੇ ਰਸਤ ਰਸਤ ਨਾਨਕ ਗੁਣ ਬੋਲੇ ਕਿ ਗੁਰੂ ਨਾਨਕ ਪਾਤਸ਼ਾਹ ਵਾਰ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਬੋਲ ਰਹੇ ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਬਾ ਕਮਾਲ ਦੇ ਬੋਲ ਲਿਖੇ ਉਹ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਯੋਗ ਨਹੀਂ ਕੀਤਾ ਤਪ ਵੀ ਨਹੀਂ ਕੀਤਾ ਸਾਧਨਾ ਵੀ ਨਹੀਂ ਕੀਤੀ ਸਮਾਧੀਆਂ ਵੀ ਲਾਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਇੰਨੀ ਵਾਰ 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 ਕਹਿਆ ਕਿ ਉਹ ਗੁਣਾ ਬਣ ਗਿਆ ਡੂੰਘੇ ਪਿਆਰ ਤੇ ਅਪਾਰ ਸ਼ਰਧਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਮਨੁੱਖਤਾ ਦੇ ਵਿੱਚ ਵਾਰ ਵਾਰ ਗਾਇਆ ਵਾਰ ਵਾਰ ਬੋਲਿਆ ਉਹੀ ਗੁਰੂ ਨਾਨਕ ਪਾਤਸ਼ਾਹ ਦਾ ਗੁਣਾ ਬਣ ਗਿਆ ਉਸ ਵਿਦਵਾਨ ਨੇ ਬੜੀ ਕਮਾਲ ਦੀ ਗੱਲ ਲਿਖੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੰਨੇ ਤਾਂ
ਗੁਰਕੀਰਤਨ ਹੁੰਦਾ ਬੋਲਦੇ ਤਾਂ ਅਸੀਂ ਵੀ ਨਿਤਨੇਮ ਦੇ ਰੂਪ ਵਿੱਚ ਜਦੋਂ ਅਸੀਂ ਆਪਣੇ ਘਰਾਂ 'ਚ ਪਾਠ ਪੜ੍ਹਦੇ ਗੁਣਦੇ ਤਾਂ ਅਸੀਂ ਵੀ ਹਾਂ ਜਦੋਂ ਕਿਸੇ ਦੇ ਘਰ ਸਤਸੰਗ ਹੁੰਦਾ ਅਤੇ ਸਾਰੇ ਜਾਣੇ ਸੰਮਤੀ ਰੂਪ 'ਚ ਪਰਮਾਤਮਾ ਦੇ ਗੁਣ ਗਾਉਂਦੇ ਪਰ ਓਨੇ ਪਿਆਰ ਨਾਲ ਓਨੀ ਸ਼ਰਧਾ ਦੇ ਨਾਲ ਨਹੀਂ ਗਾਉਂਦੇ ਮਾਫ਼ ਕਰ ਜੇ ਓਨੇ ਪਿਆਰ ਨਾਲ ਓਨੀ ਸ਼ਰਧਾ ਨਾਲ ਗਾਇਆ ਜਾ ਰਿਹਾ ਹੈ ਤੇ ਜੋ ਗਾਇਆ ਜਾ ਰਿਹਾ ਹੈ ਉਹ ਕਮਾਇਆ ਨਹੀਂ ਜਾਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿੰਨੇ ਪਿਆਰ ਨਾਲ ਗਾਇਆ ਹੈ ਓਨੇ ਹੀ ਪਿਆਰ ਨਾਲ ਕਮਾਇਆ ਹੈ ਤੇ ਕਮਾ ਕੇ ਪਰਮਾਤਮਾ ਨੂੰ ਪਾ ਦਿੰਦਾ ਅਸੀਂ ਬਾਹਰ ਧਰੇ ਟੀਵੀ ਚੈਨਲ ਤੇ ਦੇਖ ਲਓ ਕਿੰਨੇ ਥਾਂ ਤੇ ਭਜਨ ਹੋ ਰਹੇ ਕਿੰਨੇ ਥਾਂ ਤੇ ਸਤਸੰਗ ਹੋ ਰਿਹਾ ਹਰ ਕੋਈ ਵਿਅਕਤੀ ਆਪੋ ਆਪਣੇ ਧਰਮ ਸਥਾਨ ਤੇ ਸਵੇਰੇ ਸ਼ਾਮ ਗਾ ਰਿਹਾ ਕਿਸੇ ਵੀ ਚੈਨਲ ਨੂੰ ਜਦੋਂ ਆਪਾਂ ਦਿਖਾਉਣ ਕਰਦੇ ਸਵੇਰ ਦੇ ਸਮੇਂ ਹਰ ਚੈਨਲ ਤੇ ਕੋਈ ਨਾ ਕੋਈ ਸਤਸੰਗ ਹੁੰਦਾ ਦਿਖਾਈ ਪੈ ਰਿਹਾ ਕਿਤੇ ਕੀਰਤਨ ਹੋ ਰਿਹਾ ਕਿ ਭਜਨ ਹੋ ਰਿਹਾ ਹਰ ਕੋਈ ਵਿਅਕਤੀ ਆਪੋ ਆਪਣੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦਾ ਯਤਨ ਕਰ ਰਿਹਾ ਪਰ ਜਿੰਨੇ ਪਿਆਰ ਨਾਲ ਗਾਇਆ ਜਾ ਰਿਹਾ ਓਨੇ ਪਿਆਰ ਨਾਲ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕੀਤਾ ਜਾਂਦਾ ਜੇ ਕਮਾਉਣ ਦਾ ਯਤਨ ਕੀਤਾ ਗਿਆ ਹੁੰਦਾ ਤਾਂ ਅਸਾਂ ਨੇ ਪਰਮਾਤਮਾ ਨੂੰ ਪਾ ਲੈਣਾ ਮਹਾਤਮਾ ਬੁੱਧ ਜੀ ਕੋਲੋਂ ਕਿਸੇ ਨੇ ਪੁੱਛ ਕੀਤੀ ਕਿ ਤੁਸੀਂ ਪਰਮਾਤਮਾ ਨੂੰ ਪਾ ਲਿਆ ਮਹਾਤਮਾ ਬੁੱਧ ਜੀ ਮੁਸਕਰਾ ਕੇ ਬੋਲੇ ਕਹਿਣ ਲੱਗੇ ਪੁੱਛਣ ਵਾਲੇ ਵਿਅਕਤੀ ਨੇ ਦੂਸਰਾ ਸਵਾਲ ਕਰ ਦਿੱਤਾ ਫਿਰ ਇਹ ਸਾਰੇ ਤਪ ਦਾ ਕੀ ਫਾਇਦਾ ਇਹ ਸਾਰੀ ਸਾਧਨਾ ਦਾ ਕੀ ਫਾਇਦਾ ਸਾਨੂੰ ਕੋਈ ਪੁੱਛੇ ਤੁਸੀਂ ਇੰਨੇ ਚਿਰਾਂ ਤੋਂ ਪਰਮਾਤਮਾ ਦੇ ਗੁਣ ਗਾ ਰਹੇ ਹੋ ਪਾਠ ਦੇ ਰੂਪ 'ਚ ਗਾ ਰਹੇ ਹੋ ਕੀਰਤਨ ਦੇ ਰੂਪ 'ਚ ਗਾ ਰਹੇ ਹੋ ਕਿ ਤੁਸੀਂ ਪਰਮਾਤਮਾ ਨੂੰ ਪਾ ਲਓ ਅਸੀਂ ਕੰਮ ਦੇ ਨਹੀਂ ਇਹ ਸੁਣੋ ਮੈਂ ਬੰਦੇ ਦਾ ਦੂਸਰਾ ਸਵਾਲ ਹੋਊਗਾ ਫਿਰ ਸਾਰਾ ਕੁਝ ਕਰਨ ਦਾ ਫਾਇਦਾ ਕੀ ਵਿਦਿਆਰਥੀ ਪੜ੍ਹ ਰਿਹਾ ਹੋਵੇ ਤੇ ਜੇ ਪਾਸ ਹੀ ਨਾ ਹੋਵੇ ਤੇ ਉਸਨੂੰ ਕਵਾਂਗੇ ਪੜ੍ਹਨ ਦਾ ਫਾਇਦਾ ਕੀ ਜੇ ਅੱਗੇ ਨਾ ਵਧੇ ਤੇ ਉਸਨੂੰ ਇਹ ਕਵਾਂਗੇ ਪੜ੍ਹਨ ਦਾ ਫਾਇਦਾ ਕੀ ਮਹਾਤਮਾ ਗੁਰੂ ਜੀ ਕੋਲ ਪੁੱਛਿਆ ਤੇ ਮਹਾਤਮਾ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਨਹੀਂ ਉਹ ਕਹਿਣ ਲੱਗਾ ਫਿਰ ਜਪ ਤਪ ਦਾ ਫਾਇਦਾ ਕੀ ਇਹ ਸਾਧਨ ਦਾ ਫਾਇਦਾ ਕੀ ਇਹ ਤਪ ਦਾ ਫਾਇਦਾ ਕੀ ਇਹਨੀ ਘਾਲਣ ਦਾ ਫਾਇਦਾ ਕੀ ਜੇ ਪਰਮਾਤਮਾ ਨੂੰ ਨਹੀਂ ਪਾਇਆ ਮਹਾਤਮਾ ਗੁਰੂ ਜੀ ਦੇ ਸਵਾਲ ਸੁਣਨ ਤੋਂ ਬਾਅਦ ਫਿਰ ਮੁਸਕਰਾਏ ਕਹਿਣ ਲੱਗੇ ਸੱਜਣਾ ਪਾਇਆ ਉਸ ਨੂੰ ਜਾਂਦਾ ਜਿਸ ਨੂੰ ਗਵਾਇਆ ਹੋਵੇ ਜੋ ਚੀਜ਼ ਕੋਲ ਨਾ ਹੋਵੇ ਅਜੀਬ ਤਾਂ ਉਸ ਨੂੰ ਕੀਤਾ ਜਾਂਦਾ ਜੋ ਨਾ ਹੋਵੇ ਕੋਲ ਪ੍ਰਾਪਤ ਉਸ ਨੂੰ ਕੀਤਾ ਜਾਂਦਾ ਜਿਹੜੀ ਸਾਡੇ ਤੋਂ ਦੂਰ ਹੋਵੇ ਪਰਮਾਤਮਾ ਨੂੰ ਤਾਂ ਮਨੁੱਖ ਨੇ ਪਾਇਆ ਹੀ ਪਾਇਆ ਹੈ ਪਰਮਾਤਮਾ ਨੇ ਤਾਂ ਮਨੁੱਖ ਨੂੰ ਬਣਾ ਕੇ ਆਪ ਉਹਦੇ ਵਿੱਚ ਸਮਾ ਗਿਆ ਮਨੁੱਖ ਨੇ ਪਰਮਾਤਮਾ ਨੂੰ ਪਾਇਆ ਹੋਇਆ ਹੈ ਬਸ ਉਹਦੀ ਯਾਦ ਨੂੰ ਆਪਣੇ ਮਨ ਤੋਂ ਭੁਲਾਇਆ ਹੈ ਅਸੀਂ ਸਾਰਿਆਂ ਨੇ ਉਹਦੀ ਯਾਦ ਨੂੰ ਆਪਣੇ ਮਨ ਤੋਂ ਭੁਲਾਇਆ ਹੈ ਜਿੰਨਾ ਵੀ ਗਾਉਣਾ ਹੋ ਰਿਹਾ ਹੈ ਪਾਠ ਦੇ ਰੂਪ ਵਿੱਚ ਕੀਰਤਨ ਦੇ ਰੂਪ ਵਿੱਚ ਕੇਵਲ ਤਾਂ ਕੇਵਲ ਜੇ ਸਾਡੇ ਮਨ ਤੋਂ ਉਹਦੀ ਯਾਦ ਭੁੱਲੀ ਹੋਈ ਹੈ ਨਾ ਉਹਨੂੰ ਯਾਦ ਕਰਨ ਵਾਸਤੇ ਜਿਸ ਨੂੰ ਆਪਣੇ ਮਨ ਤੋਂ ਭੁਲਾ ਬੈਠੇ ਹਾਂ ਉਹਨੂੰ ਆਪਣੇ ਮਨ ਵਿੱਚ ਯਾਦ ਕਰਨ ਲਈ ਇਹ ਸਾਰਾ ਗਾਉਣਾ ਹੋ ਰਿਹਾ ਬਾਰ ਬਾਰ ਉਹਦੇ ਗੁਣ ਗਾਏ ਜਾ ਰਹੇ ਉਹਦੇ ਸੰਦੇਸ਼ ਨੂੰ ਗਾਇਆ ਜਾ ਰਿਹਾ ਉਹਦੇ ਉਪਦੇਸ਼ ਨੂੰ ਗਾਇਆ ਜਾ ਰਿਹਾ ਤਾਂ ਕਿ ਸਾਡੇ ਮਨ ਤੋਂ ਕਦੀ ਉਸ ਪਰਮਾਤਮਾ ਦੀ ਯਾਦ ਨਾ ਭੁੱਲੇ ਜਿਸ ਨੂੰ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਸਹਿਬ ਪਿਤਾ ਬਚਨ ਕਰਦੇ ਨੇ ਹਰ ਬਿਸਰਤ ਸਦਾ ਜਿਸ ਨੂੰ ਭੁੱਲ ਗਏ ਸਦਾ ਖਬਰ ਹੁੰਦਾ ਸੋ ਧਿਆਨ ਚ ਰੱਖਣਾ ਮਨੁੱਖ ਨੇ ਪਰਮਾਤਮਾ ਨੂੰ ਪਾਇਆ ਹੋਇਆ ਕੇਵਲ ਤਾਂ ਕੇਵਲ ਉਹਦੀ ਯਾਦ ਨੂੰ ਮਨ ਤੋਂ ਭੁਲਾਇਆ ਹੈ ਅਸੀਂ ਪਰਮਾਤਮਾ ਦੇ ਉਪਦੇਸ਼ ਨੂੰ ਮਨ ਤੋਂ ਭੁਲਾਇਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਸ਼ਬਦ ਦੀ ਕਰਾਮਾਤ ਤੇ ਰਬਾਬ ਦੇ ਜਾਦੂ ਦੇ ਨਾਲ ਇੰਨੇ ਤਾਣ ਚਗਾਇਆ ਇੰਨੇ ਪਿਆਰ ਚਗਾਇਆ ਕਿ ਸਾਨੂੰ ਭੁੱਲਿਆਂ ਹੋਇਆਂ ਨੂੰ ਮਨ ਤੋਂ ਪਰਮਾਤਮਾ ਦੀ ਯਾਦ ਨੂੰ ਉਸਾਰਿਆਂ ਹੋਇਆਂ ਨੂੰ ਇੱਕ ਵਾਰੀ ਫਿਰ ਪਰਮਾਤਮਾ ਜਾਗ ਗਿਆ ਤੇ ਜਦੋਂ ਅਸੀਂ ਪਰਮਾਤਮਾ ਦੀ ਯਾਦ ਨੂੰ ਜਿਸ ਦਿਨ ਮਨੁੱਖ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ 'ਚ ਵਸਾ ਲਵੇਗਾ ਕਦੀ ਵੀ ਭੁਲਾਵੇਗਾ ਨਹੀਂ ਉਹਦੇ ਉਪਦੇਸ਼ ਨੂੰ ਉਹਦੇ ਸੰਦੇਸ਼ ਨੂੰ ਉਹਦੇ ਮੈਸੇਜ ਨੂੰ ਉਹਦੀ ਸਿੱਖਿਆ ਇਹ ਰੋਜ਼ ਕੀਰਤਨ ਕਰਨ ਦਾ ਮਕਸਦ ਕੀ ਰੋਜ਼ ਕੀਰਤਨ ਸੁਣਨ ਦਾ ਮਕਸਦ ਕੀ ਰੋਜ਼ ਗੁਰਦੁਆਰੇ ਆ ਕੇ ਹੁਕਮ ਸੁਣਨ ਦਾ ਮਕਸਦ ਕੀ ਹੈ ਕਿ ਸਾਨੂੰ ਉਹਦਾ ਸੰਦੇਸ਼ ਭੁੱਲਣਾ ਚਾਹੀਦਾ ਸਾਨੂੰ ਉਹਦਾ ਉਪਦੇਸ਼ ਭੁੱਲਣਾ ਚਾਹੀਦਾ ਸਾਨੂੰ ਉਹਦੀ ਸਿੱਖਿਆ ਭੁੱਲਣਾ ਚਾਹੀਦਾ
ਸਾਡੇ ਚਿੱਤ ਚੇਤੇ ਚ ਉਹਦੀ ਸਿੱਖਿਆ ਵਾਸਤੇ ਆਏ, ਉਹਦਾ ਉਪਦੇਸ਼ ਵਾਸਤੇ ਆਏ, ਉਹਦੇ ਸੰਦੇਸ਼ ਵਾਸਤੇ ਆਏ। ਜੇ ਉਹ ਵਸ ਗਿਆ ਹੈ, ਜਦੋਂ ਉਸ ਨੂੰ ਕਮਾਉਣਾ ਸ਼ੁਰੂ ਕਰ ਦਾਂਗੇ, ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਤੇ ਜਿਸ ਦਿਨ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ, ਉਸ ਦਿਨ ਆਪਣੇ ਅੰਦਰ ਹੀ ਬੈਠਾ ਹੋਇਆ, ਬਾਹਰ ਕਿਤੇ ਹੋਰ ਨਹੀਂ, ਆਪਣੇ ਅੰਦਰ ਹੀ ਬੈਠਾ ਹੋਇਆ ਪਰਮਾਤਮਾ ਨੂੰ ਪਛਾਣ ਲਵਾਂਗੇ, ਜਿਸ ਤਰ੍ਹਾਂ ਦੀ ਬਖਸ਼ਿਸ਼ ਦੇ ਪਾਤਰ ਬਣ ਗਏ। ਜਿਸ ਦਿਨ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ, ਧਿਆਨ ਵਿੱਚ ਰੱਖਣਾ, ਉਸ ਦਿਨ ਅਸੀਂ ਉਹਦੇ ਹੁਕਮ ਨੂੰ ਸਮਝ ਲਵਾਂਗੇ। ਨਾਨਕ ਹੁਕਮ ਹੈ ਜੇ ਗੁਰੂ, ਉਹਦੀ ਬਖਸ਼ਿਸ਼ ਨਾਲ ਉਹਦੇ ਹੁਕਮ ਨੂੰ ਸਮਝਿਆ ਜਾਏ, ਉਹਦੇ ਬਖਸ਼ਣ ਨਾਲ ਉਹਦੇ ਹੁਕਮ ਦੇ ਅਨੁਸਾਰ ਚੱਲਿਆ ਜਾਏ, ਜਿਸ ਦਿਨ ਉਹਦੀ ਬਖਸ਼ਿਸ਼ ਹੋ ਗਈ, ਅਸੀਂ ਉਹਦੇ ਹੁਕਮ ਨੂੰ ਸਮਝ ਲਵਾਂਗੇ। ਤੇ ਜਿਸ ਵੀ ਮਨੁੱਖ ਨੇ ਪਰਮਾਤਮਾ ਦੇ ਹੁਕਮ ਨੂੰ ਸਮਝਿਆ ਹੈ, ਜਿਸ ਮਨੁੱਖ ਨੂੰ ਜਿੰਨੀ ਸਮਝ ਆਈਏ, ਜਿਸ ਮਨੁੱਖ ਨੂੰ ਜਿੰਨੀ ਸਮਝ ਆਈਏ, ਜਿੰਨੀ ਕੁ ਸਮਝ ਪ੍ਰਾਪਤ ਹੋਈਏ, ਉਸ ਨੇ ਮਾਲਕ ਦੇ ਹੁਕਮ ਨੂੰ ਗਾਇਆ, ਜਿੰਨੀ ਕੁ ਨੂੰ ਸਮਝ ਪ੍ਰਾਪਤ ਹੋਈ। ਫਾਰ ਐਗਜ਼ਾਮਪਲ, ਧਰਤੀ ਦਾ ਜਿੰਨਾ ਵੀ ਹਿੱਸਾ ਸੂਰਜ ਦੇ ਸਾਹਮਣੇ ਆ ਜਾਂਦਾ, ਸੂਰਜ ਬਹੁਤ ਵੱਡਾ ਹੈ, ਕਈ ਗੁਣਾ ਵੱਡਾ ਹੈ, ਪਰ ਖਿਆਲ ਕਰਨਾ ਉਹਨਾਂ ਦੀ ਹਿੱਸਾ ਹੀ ਰੋਸ਼ਨ ਹੁੰਦਾ ਹੈ ਜਿੰਨਾ ਕੁ ਹਿੱਸਾ ਸੂਰਜ ਦੇ ਸਾਹਮਣੇ ਆ ਜਾਂਦਾ। ਸਾਡੀ ਧਰਤੀ ਘੁੰਮ ਰਹੀ ਹੈ ਤੇ ਘੁੰਮਦੀ ਘੁੰਮਦੀ ਜਦੋਂ ਸੂਰਜ ਦੇ ਸਾਹਮਣੇ ਆਉਂਦੀ ਹੈ, ਉਦੋਂ ਦਿਨ ਚੜ੍ਹ ਜਾਂਦਾ ਹੈ, ਤੇ ਜਿਹੜਾ ਹਿੱਸਾ ਪਿੱਛੇ ਰਹਿ ਜਾਂਦਾ ਹੈ ਉੱਥੇ ਰਾਤ ਪੈ ਜਾਂਦੀ ਹੈ। ਜਿਵੇਂ ਕਿ ਇੱਥੇ ਰਾਤ ਪੈ ਗਈ ਹੈ, ਅਮਰੀਕਾ ਕਨੇਡਾ 'ਚ ਦਿਨ ਚੜ੍ਹ ਗਿਆ, ਧਰਤੀ ਘੁੰਮ ਰਹੀ ਹੈ, ਜਿੰਨਾ ਕੁ ਹਿੱਸਾ ਸਾਹਮਣੇ ਆਇਆ ਉਹਨੇ ਕੁ ਚਾਨਣ ਹੋ ਗਿਆ, ਜਿੰਨਾ ਕੁ ਪਿੱਛੇ ਰਹਿ ਗਿਆ ਉਹਨੇ ਤੇ ਹਨੇਰਾ ਬਣ ਗਿਆ। ਜਿੰਨੀ ਕੁ ਮਨੁੱਖ ਨੂੰ ਸਮਝ ਆਇਆ, ਉਸ ਨੇ ਹੁਕਮ ਦੇ ਮਾਲਕ ਰੱਬ ਦੇ ਹੁਕਮ ਬਾਰੇ ਗਾਇਆ। ਕੀ ਗਾਇਆ? ਉਹਦਾ ਵਰਣਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਪੌੜੀ ਦੇ ਅੰਦਰ ਕੀਤਾ। ਉਹਨਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ। ਸੰਸਾਰ ਵਿੱਚ ਬਹੁਤ ਸਾਰੇ ਧਰਮ ਨੇ, ਬਹੁਤ ਸਾਰੇ, ਹਰ ਇੱਕ ਧਰਮ ਦੇ ਆਗੂ ਨੇ ਆਪੋ ਆਪਣੇ ਤਰੀਕੇ ਨਾਲ ਪਰਮਾਤਮਾ ਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਿਆ, ਪਰਮਾਤਮਾ ਦੀ ਸਿੱਖਾਂ ਬਾਰੇ ਦੱਸਿਆ, ਪਰਮਾਤਮਾ ਨੂੰ ਪਾਉਣ ਬਾਰੇ ਦੱਸਿਆ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਲੱਭਣ ਬਾਰੇ ਦੱਸਿਆ। ਹਰ ਇੱਕ ਬੰਦੇ ਨੇ ਆਪੋ ਆਪਣੇ ਵੱਖਰੇ ਤਰੀਕੇ ਨਾਲ ਦੱਸਿਆ। ਅੱਜ ਤੱਕ ਇੰਨੇ ਧਰਮ ਹੋ ਚੁੱਕੇ ਨੇ, ਇੰਨੇ ਧਰਮ ਆਗੂ ਹੋ ਚੁੱਕੇ ਨੇ, ਗੱਤ ਫਲਾਸਫਰ ਹੋ ਚੁੱਕੇ ਨੇ, ਹਰ ਇੱਕ ਬੰਦਾ ਪਰਮਾਤਮਾ ਦੇ ਬਾਬਤ ਦੱਸ ਰਿਹਾ, ਪਰ ਕੋਈ ਵੀ ਮੁਕੰਮਲ ਤੌਰ ਤੇ ਨਹੀਂ ਦੱਸ ਰਿਹਾ। ਜਿੰਨੀ ਕੁ ਕਿਸੇ ਨੂੰ ਸਮਝ ਆਈਏ, ਉਹਨਾਂ ਨੂੰ ਉਸ ਨੇ ਬਿਆਨ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇਸ ਪੌੜੀ 'ਚ ਇਹੀ ਗੱਲ ਆ ਰਹੇ ਨੇ ਕਿ ਜਿੰਨੇ ਕੁ ਮਨੁੱਖ ਨੂੰ ਸਮਝ ਆਈ, ਉਹਨਾਂ ਨੂੰ ਉਸ ਨੇ ਪਰਮਾਤਮਾ ਦੇ ਬਾਬਤ ਗਾਇਆ, ਭਾਵ ਉਹਦੇ ਗੁਣਾਂ ਦਾ ਲਿਖਿਆ। ਕੀ ਕੀਤਾ? ਵਾਵੇ ਕੋ ਤਾਨ ਹੋਵੇ ਕਿਸੇ ਤਾਨ, ਕਿਸੇ ਮਨੁੱਖ ਨੂੰ ਦੇ ਕੋਲ ਜਿੰਨੀ ਕੁ ਸਮਰੱਥਾ ਸੀ, ਉਸਨੇ ਉਤਨੀ ਕੁ ਸਮਰੱਥਾ ਦੇ ਨਾਲ, ਕਿਉਂਕਿ ਜਿਹੜਾ ਤਾਨ ਹੈ ਨਾ, ਇਹ ਵੀ ਅਕਾਲ ਗੁਰੂ ਵਾਹਿਗੁਰੂ ਦਾ ਮਿਲਿਆ ਹੋਇਆ, ਜਿਹੜਾ ਬਲ ਹੈ ਨਾ, ਇਹ ਵੀ ਅਕਾਲ ਗੁਰੂ ਵਾਹਿਗੁਰੂ ਦੀ ਤਾਕਤ ਹੈ, ਇਹ ਉਹਦੇ ਵੱਲੋਂ ਮਿਲੀ ਹੋਈ। ਮਨੁੱਖ ਤਾਂ ਐਵੇਂ ਆਪਣੇ ਸਰੀਰ ਦੀ ਤਾਕਤ ਤੇ ਹੰਕਾਰ ਕਰੀ ਤੁਰੀ ਜਾਂਦਾ ਹੈ, ਜਿਸ ਦਿਨ ਪਰਮਾਤਮਾ ਨੇ ਸਾਡੇ ਸਰੀਰ ਵਿੱਚੋਂ ਸਾਡੇ ਪ੍ਰਾਣਾਂ ਦੀ ਸੱਤਾ ਖਿੱਚ ਲਈ, ਸਾਡਾ ਦਿਲ ਭਾਵੇਂ ਕਿੰਨਾ ਕੁ ਵਧੀਆ ਬਣਿਆ ਹੋਵੇ, ਭਾਵੇਂ ਕਿਤਨੇ ਕੁ ਮਸਲ ਬਣਾਏ ਹੋਣਾ, ਮਿੱਟੀ ਦੇ ਚੇਰੀ ਹੁੰਦੇ ਦੇਰ ਭਜੇ, ਇਹ ਤਾਂ ਤਾਕਤ ਜਿਤਨੀ ਹੀ ਹੈ, ਜਿਤਨੀ ਵੀ ਸਮਰੱਥਾ ਹੈ ਪਰਮਾਤਮਾ ਨੇ ਦਿੱਤੀ ਹੋਈ ਹੈ, ਤੇ ਪਰਮਾਤਮਾ ਦੀ ਸਮਰੱਥਾ ਦੇ ਨਾਲ ਮਨੁੱਖ ਗਾ ਰਿਹਾ। ਕੀ ਗਾ ਰਿਹਾ? ਉਸਦੇ ਇਸ ਗੁਣਾਂ ਨੂੰ ਬਿਆਨ ਕਰ ਰਿਹਾ ਕਿ ਪਰਮਾਤਮਾ ਸ਼ਿਰ ਦੇ ਵਿੱਚ ਕੁਝ ਦਾ ਕੁਝ ਕਰ ਰੱਖਦਾ। ਗਾਵੈ ਕੋ ਦਾਤ ਜਾਣੇ ਨਿਸ਼ਾਨ, ਕੋਈ ਮਨੁੱਖ ਇਹ ਗਾ ਰਿਹਾ ਹੈ ਕਿ ਪਰਮਾਤਮਾ ਦੀਆਂ ਦਾਤਾਂ ਬਖਸ਼ਿਸ਼ ਦੀਆਂ ਨਿਸ਼ਾਨੀਆਂ। ਅਸੀਂ ਐਵੇਂ ਕਹੀ ਜਾਂਦੇ ਸਾਡੇ ਤੇ ਬਖਸ਼ਿਸ਼ ਨਹੀਂ ਹੋਈ, ਧੀਆਂ ਪੁੱਤਰ ਪਰਮਾਤਮਾ ਦੀਆਂ ਦਾਤਾਂ ਨੇ, ਬਖਸ਼ਿਸ਼ ਦੀਆਂ ਨਿਸ਼ਾਨੀਆਂ ਨੇ, ਸੁੱਖ ਆਰਾਮ ਪਰਮਾਤਮਾ ਦੀਆਂ ਦਾਤਾਂ ਨੇ, ਉਹਦੀ ਬਖਸ਼ਿਸ਼ ਦੀਆਂ ਨਿਸ਼ਾਨੀਆਂ ਨੇ। ਮਨੁੱਖਾ ਦੇਹੀ ਦਾ ਮਿਲ ਜਾਣਾ ਇਹ ਪਰਮਾਤਮਾ ਦੀ ਗੁਰਮੁੱਲੀ ਦਾਤ ਹੈ, ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਇਹ ਸਾਰਾ ਸੰਸਾਰ ਚ ਜੋ ਕੁਝ ਪਰਮਾਤਮਾ ਦੀਆਂ ਦਾਤਾਂ ਨੇ, ਇਹ ਉਹਦੀ ਬਖਸ਼ਿਸ਼ ਦੀਆਂ ਨਿਸ਼ਾਨੀਆਂ ਨੇ। ਦਾਤ ਜਾਣੇ ਨਿਸ਼ਾਨ, ਉਹਦੀਆਂ ਦਾਤਾਂ ਨੂੰ ਬਖਸ਼ਿਸ਼ ਸਮਝ ਕੇ ਗਾ ਰਿਹਾ। ਤੇ ਕਈ ਮਨੁੱਖ ਉਹ ਵੀ ਨੇ, ਦਾਤ ਪਿਆਰੀ ਵਿਸਰਿਆ ਦਤਾਰ, ਉਹਨਾਂ ਦਾਤਾਂ ਤਾਂ ਪਿਆਰੀਆਂ ਲੱਗਦੀਆਂ ਨੇ, ਪਰ ਦਤਾਰ ਪਿਤਾ ਕੋਈ ਪਿਆਰਾ ਨਹੀਂ ਲੱਗਦਾ, ਉਹਨਾਂ ਨੇ ਦਤਾਰ ਪਿਤਾ ਨੂੰ ਭੁਲਾ ਦਿੱਤਾ ਹੋਇਆ, ਮਨ ਤੋਂ ਵਿਸਾਰ ਦਿੱਤਾ ਹੋਇਆ। ਪਰਮਾਤਮਾ ਅੰਦਰ ਹੀ ਬਸ ਉਹਦੀ ਯਾਦ ਨੂੰ ਭੁਲਾਇਆ, ਉਹਦੇ ਗੁਣਾਂ ਨੂੰ ਮਨ ਤੋਂ ਵਿਸਾਰਿਆ, ਉਹਦੇ ਸੰਦੇਸ਼ ਨੂੰ ਭੁਲਾਇਆ। ਜਿਸ ਤੇ ਬਖਸ਼ਿਸ਼ ਹੋ ਗਈ,
ਜਿਸ ਨੂੰ ਚੇਤੇ ਵਿੱਚ ਆ ਗਿਆ ਉਹ ਹੁਣ ਗਾ ਰਿਹਾ ਕਿ ਗਾਵੇ ਕੋ ਗੁਣ ਵਡਿਆਈਆਂ ਚਾਰ ਗੁਣ ਜਿਸ ਵਡਿਆਈਆਂ ਉਹਦੀਆਂ ਸਿਫਤੋਂ ਸਲਾਹ ਚਾਰ ਖੂਬਸੂਰਤ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਬਿਆਨ ਕਰ ਰਿਹਾ। ਦੁਨੀਆਂ ਦੇ ਵਿੱਚ ਬੜੇ ਫਿਲਾਸਫਰ ਹੋਏ ਨੇ, ਬੜੇ ਧਰਮ ਆਗੂ ਹੋਏ, ਉਹਨਾਂ ਸਾਰੇ ਨੇ ਪਰਮਾਤਮਾ ਦੇ ਗੁਣਾਂ ਨੂੰ ਸੋਹਣੇ ਸੋਹਣੇ ਤਰੀਕੇ ਨਾਲ ਬੜੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ। ਗਾਵੈ ਕੋ ਵਿਦਿਆ ਵਿਥੁਮ ਵਿਚਾਰ, ਵਿਦਿਆ ਦੀ ਬਦੌਲਤ ਸਦਕਾ, ਗਿਆਨ ਦੀ ਬਦੌਲਤ ਸਦਕਾ, ਇਲਮ ਦੀ ਬਦੌਲਤ ਸਦਕਾ ਕਈਆਂ ਮਨੁੱਖਾਂ ਨੇ ਵਿਖਮ ਬੜੇ ਡਿਫੀਕਲਟ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦੀ ਉਚਾਰ ਕੀਤੀ। ਔਖੇ ਤੋਂ ਔਖੇ ਢੰਗਾਂ ਦੇ ਨਾਲ ਫਲਸਫੇ ਨੂੰ ਸਮਝਿਆ ਤੇ ਸਮਝ ਕੇ ਲੋਕਾਂ ਨੂੰ ਦੱਸਣ ਦਾ ਯਤਨ ਕੀਤਾ। ਕੋਈ ਬੰਦਾ ਇਸ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾ ਰਿਹਾ। ਗਾਵੈ ਕੋ ਸਾਧ ਕਰੇ ਤਨਖੇ, ਕੋਈ ਪਰਮਾਤਮਾ ਨੇ ਇਸ ਗੁਣ ਨੂੰ ਗਾ ਰਿਹਾ, ਲੋਕਾਂ ਨਾਲ ਇਹ ਗੁਣ ਸਾਂਝਾ ਕਰ ਰਿਹਾ, ਕਿਉਂਕਿ ਜਦੋਂ ਬਾਰ ਬਾਰ ਅਸੀਂ ਕਿਸੇ ਗੁਣ ਨੂੰ ਸਾਂਝਾ ਕਰਾਂਗੇ ਸਾਡਾ ਗਾਉਣਾ ਬਣ ਜਾਏ। ਬਾਰ ਬਾਰ ਬੋਲਣ ਨੂੰ, ਬਾਰ ਬਾਰ ਕਹਿਣ ਨੂੰ, ਬਾਰ ਬਾਰ ਕਥਨ ਕਰਨ ਨੂੰ ਗਾਉਣਾ ਕਿਹਾ ਗਿਆ, ਕਿਉਂਕਿ ਜਦੋਂ ਬਾਰ ਬਾਰ ਇੱਕ ਕਰਦੇ ਇੱਕੋ ਹੀ ਰਾਗ ਲੱਭ ਜਾਂਦਾ, ਇੱਕ ਹੀ ਗੱਲ ਗਾਈ ਚੁੱਕੀ ਜਾਂਦਾ। ਗਾਵੇ ਕੋਈ ਮਨੁੱਖ ਗਾ ਰਿਹਾ ਹੈ ਕਿ ਪਰਮਾਤਮਾ ਸਰੀਰਾਂ ਨੂੰ ਸਾਜਣ ਵਾਲਾ, ਤੇ ਪਰਮਾਤਮਾ ਹੀ ਸਰੀਰਾਂ ਨੂੰ ਸਾਜਣ ਵਾਲਾ ਹੈ, ਪਰਮਾਤਮਾ ਹੀ ਸਰੀਰਾਂ ਨੂੰ ਮਿੱਟੀ ਵਿੱਚ ਮਿਲਾ ਦੇਣ ਵਾਲਾ। ਇਹ ਜਨਮ ਅਤੇ ਮਰਨ ਦਾ ਪ੍ਰਬੰਧ ਪਰਮਾਤਮਾ ਦੇ ਕੋਲ ਹੈ, ਜਿਸ ਨੂੰ ਜਿੰਨੀ ਕਿ ਸਮਝਾਇਆ ਇਸ ਨੇ ਗੱਲ। ਗਾਵੈ ਕੋ ਜੀ ਲੈ ਕਰਦੇ, ਕੋਈ ਮਨੁੱਖ ਇਹ ਗਾ ਰਿਹਾ ਕਿ ਪਰਮਾਤਮਾ ਸਰੀਰਾਂ ਵਿੱਚ ਜਿੱਤ ਪਾ ਰਿਹਾ ਹੈ ਤੇ ਕੱਢ ਰਿਹਾ, ਜਿੱਤ ਪਾਉਣ ਵਾਲਾ ਵੀ ਆਪ ਹੈ ਤੇ ਕੱਢਣ ਵਾਲਾ ਵੀ ਆਪ, ਕੋਈ ਇਹ ਗੁਣ ਗਾ ਰਿਹਾ। ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਵਿਅਕਤੀ ਇਹ ਗਾ ਰਿਹਾ ਕਿ ਦੁਨੀਆਂ ਦੇ ਲੋਕ ਕਹਿ ਰਹੇ ਨੇ ਕਿ ਪਰਮਾਤਮਾ ਬਹੁਤ ਦੂਰ ਹੈ, ਤੇ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਪਾ ਲਿਆ ਕੋਈ ਕਹਿ ਰਹੇ ਕਿ ਪਰਮਾਤਮਾ ਬਹੁਤ ਨੇ, ਪਰਮਾਤਮਾ ਅੰਗ ਸੰਗ। ਗਾਵੈ ਕੋ ਵੇਖੈ ਹਾਜ਼ਰਾ ਹਦੂਰ, ਕਈਆਂ ਮਨੁੱਖਾਂ ਨੂੰ ਪਰਮਾਤਮਾ ਦੂਰ ਰੱਖਦਾ ਹੈ, ਜਾਪਦਾ ਹੈ, ਜਾਪੇਦਾ ਇੱਥੇ ਜਾਪਦਾ ਹੈ, ਕਈਆਂ ਨੂੰ ਦੂਰ ਜਾਪਦਾ ਹੈ ਤੇ ਕਈਆਂ ਨੂੰ ਆਪਣੇ ਅੰਗ ਸੰਗ ਦਿਖਾਈ ਫੇਸ ਟੂ ਫੇਸ ਸਾਹਮਣੇ ਦਿਖਾਈ ਪਏ। ਕਥਨਾ ਕਥੀਨ ਆਵੈ ਤੋਟਾ, ਉਸ ਬਿਰਤਾਈ ਦੇ ਮਾਲਕ, ਬਿਰਤ ਗੁਣਾਂ ਦੇ ਮਾਲਕ ਦੇ ਗੁਣਾਂ ਨੂੰ ਗਾ ਗਾ ਕੇ ਲੋਕ ਥੱਪ ਗਏ, ਪਰ ਅਜੇ ਤੱਕ ਉਹਦੇ ਗੁਣਾਂ ਦੀ ਤੋੜ ਕੋਈ ਨਹੀਂ ਹੈ। ਕਥ ਕਥ ਕਥੀ ਕੋਟੀ ਕੋਟ ਕੋਟ, ਕੋਈ ਇੱਕ ਵਾਰੀ ਨਹੀਂ ਗਾਇਆ ਗਿਆ, ਕੋਟੀ ਕੋਟ ਕੋਟ ਕਰੋੜਾਂ ਵਾਰੀ ਮਨੁੱਖ ਨੇ ਆਪਣੀ ਜ਼ਬਾਨ ਦੇ ਨਾਲ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ ਦਿੱਤਾ, ਪਰ ਉਹਦੇ ਗੁਣਾਂ ਨੂੰ ਗਾ ਕੇ ਕੋਈ ਵਿਅਕਤੀ ਇਹ ਗੱਲ ਨਹੀਂ ਕਹਿ ਸਕਿਆ ਮੈਂ ਮੁਕੰਮਲ ਉਹਦੇ ਗੁਣ ਬਿਆਨ ਕਰ ਸਕਿਆ, ਕਿਉਂਕਿ ਉਹਦੇ ਗੁਣਾਂ ਨੂੰ ਕੋਈ ਮਨੁੱਖ ਗਾ ਹੀ ਨਹੀਂ ਸਕਦਾ, ਬਿਆਨ ਕਰ ਹੀ ਨਹੀਂ ਸਕਦਾ। ਕਥਨਾ ਕਥੀ ਨੇ ਆਵੇ ਤੋੜ, ਉਹਦੇ ਗੁਣ ਭਾਵੇਂ ਜਿੰਨੇ ਮਰਜ਼ੀ ਕਥੀ ਜਾਓ ਕਦੇ ਤੋੜ ਨਹੀਂ ਆਉਂਦੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋੜ ਦਾ ਜ਼ਿਕਰ ਕਰਦੇ ਆ, ਬੜੀ ਪਿਆਰੀ ਅਗਲੀ ਗੱਲ ਕਹੀ, ਕਹਿੰਦੇ ਦੇਂਦਾ ਦੇ, ਉਹ ਗੁਣ ਗੁਣਤੀ ਦਾਤ ਵੀ ਦੇ ਰਿਹਾ ਹੈ, ਉਹ ਸੰਸਾਰੀ ਜੀਵਨ ਨਿਰਵਾਹ ਕਰਨ ਵਾਸਤੇ ਦਾਤਾਂ ਵੀ ਦੇ ਰਿਹਾ ਹੈ। ਲੈਂਦੇ ਥਕਪਾਹੇ, ਲੈਣ ਵਾਲੇ ਬਦਲ ਰਹੇ, ਲੈਣ ਵਾਲੇ ਥੱਕ ਜਾਂਦੇ ਨੇ, ਪਹਿਲਾਂ ਦਾਦਾ ਮੰਗ ਰਿਹਾ ਸੀ ਉਹ ਥੱਕ ਕੇ ਬਹਿ ਗਿਆ, ਫਿਰ ਉਹਦਾ ਗਾਂ ਪੁੱਤ ਮੰਗਣ ਲੱਗ ਪਿਆ ਉਹ ਥੱਕ ਕੇ ਬਹਿ ਗਿਆ, ਫਿਰ ਉਹ ਗਾਂ ਦਾ ਪੋਤਰਾ ਮੰਗ ਰਿਹਾ ਉਹ ਥੱਕ ਕੇ ਬਹਿ ਗਿਆ, ਗਾਂ ਦਾ ਪੋਤਰਾ ਮੰਗ ਰਿਹਾ ਉਹ ਥੱਕ ਕੇ ਬਹਿ ਗਿਆ। ਮਨੁੱਖ ਅੱਜ ਤੱਕ ਪਰਮਾਤਮਾ ਨਹੀਂ ਥੱਕੇ, ਪਰਮਾਤਮਾ ਹੀ ਜੁਗਾ ਜਗੰਤਰ ਜੁਗਾਂ ਤੋਂ ਦੇ ਰਿਹਾ, ਉਹ ਕੇਵਲ ਇੱਕ ਦੇ ਰਿਹਾ ਖਾਰੀ ਖਾਏ, ਉਹਦੇ ਕੋਲ ਲੋਕ ਲੈ ਕੇ ਖਾ ਰਹੇ, ਕੇਤੇ ਲੈ ਲੈ ਮੁਕਰ ਪਾਏ, ਕਈ ਅਜਿਹੇ ਨੇ ਉਹਦੇ ਲੈ ਕੇ ਮੁਕਰ ਹੀ ਆ ਰਹੇ ਤੇ ਉੱਤੇ ਕੱਖ ਨਹੀਂ, ਤੇ ਕਈ ਮਨੁੱਖ ਖਤਮ ਹੋ ਰਿਹਾ ਹੈ ਪਰ ਉਹਦੀਆਂ ਦਾਤਾਂ ਨਹੀਂ ਖਤਮ ਹੋ ਰਹੀਆਂ, ਉਹ ਪਰਮਾਤਮਾ ਨਹੀਂ ਖਤਮ ਹੋ ਰਿਹਾ, ਮਨੁੱਖ ਬਦਲ ਗਏ, ਮਨੁੱਖ ਮੁਕਰ ਵੀ ਗਏ ਪਰ ਉਹਦੀਆਂ ਦਾਤਾਂ ਦੇ ਭੰਡਾਰੇ ਭਰੇ ਭਰੇ, ਉਹਨੇ ਆਪਣੇ ਬੱਚਿਆਂ ਦੇ ਜੀਵਨ ਨਿਰਵਾਹ ਲਈ ਜੋ ਕੁਝ ਵੀ ਚਾਹੀਦਾ ਸੀ ਉਹ ਸਾਰਾ ਕੁਝ ਉਸਨੇ ਇਹ ਧਰਤੀ ਰੂਪ ਦੇਗ ਵਿੱਚ ਪਾ ਦਿੱਤਾ। ਸ਼ਾਇਦ ਅਸੀਂ ਦੇਸ਼ ਜਦੋਂ ਜਾਂਦੇ ਹੋਵਾਂਗੇ ਉਦੋਂ ਦੇਗ ਬਣਦੀ ਵੇਖੀ ਹੋਊਗੀ, ਆਹ ਕੜਾਹ ਪ੍ਰਸ਼ਾਦ ਨੂੰ ਦੇਗ ਪਤਾ ਕਿਉਂ ਕਿਹਾ ਜਾਂਦਾ,
ਕੜਾ ਪ੍ਰਸ਼ਾਦ ਨੂੰ ਅਸੀਂ ਪ੍ਰਵੇਸ਼ ਕੜਾ ਪ੍ਰਸ਼ਾਦ ਕਹਿੰਦੇ ਇਹਨੂੰ ਦੇਵੀ ਨੂੰ ਕਹਿ ਦਿੰਦਾ ਕਿਉਂਕਿ ਪੁਰਾਣਿਆਂ ਸਮਿਆਂ ਦੇ ਵਿੱਚ ਨਾ ਇੱਕ ਦੇਵਤਾ ਪਤੀਲੇ ਵਰਗਾ ਇੱਕ ਬਰਤਨ ਦਸਤੀ ਨੂੰ ਦੇ ਕੇ ਅਤੇ ਸੰਜੇ ਚ ਮਿੱਠੇ ਚੌਲ ਵੀ ਬਣਦੇ ਸਨ ਗੁੜ ਵਾਲੇ ਚੌਲ ਉਦੋਂ ਕੜਾ ਪ੍ਰਸ਼ਾਦ ਉਸ ਬਰਤਨ ਵਿੱਚ ਬਣਿਆ ਕਰਦੇ ਸੀ ਉਹ ਪਤੀਲੇ ਵਰਗਾ ਉਹਦਾ ਵੱਡਾ ਸਾਰਾ ਹੁੰਦਾ ਸੀ ਜਿਹਨੂੰ ਦੇ ਕੇ ਕਹਿ ਦਿੰਦੇ ਦੇਵ ਕਹਿ ਦਿੱਤਾ ਜਾਂਦਾ ਸੀ ਉਦੋਂ ਤਾਂ ਪਤੀਲੇ ਆ ਕੇ ਸਿਲਰ ਦੇ ਦੋ ਦੇਗਾਂ ਹੁੰਦੀਆਂ ਸਨ ਵੱਡੀਆਂ ਹੁੰਦੀਆਂ ਤਾਂ ਉਹਦੇ ਵਿੱਚ ਕੜਾ ਪ੍ਰਸ਼ਾਦ ਬਣਦਾ ਸੀ ਅਤੇ ਪੁੱਛਣਾ ਦੇਗ ਬਣਦੀ ਨਾ ਹਾਂ ਅਸਲ ਬਰਤਨ ਦਾ ਨਾਂ ਹੀ ਦੇਗ ਅਤੇ ਜੋ ਵਸਤੂ ਉਹਦੇ 'ਚ ਮੰਗਦੀ ਸੀ ਉਹਦਾ ਨਾਂ ਹੀ ਦੇਗ ਹੈ ਸੋ ਅਸੀਂ ਕੜਾ ਪ੍ਰਸ਼ਾਦ ਨੂੰ ਦੇਗ ਕਹਿੰਦੇ ਸਾਹਿਬ ਕਹਿਣ ਲੱਗੇ ਪਰਮਾਤਮਾ ਦੀ ਦੇਗ ਵੇਖਣੀ ਹੈ ਪਰਮਾਤਮਾ ਦੀ ਦੇਗ ਅਸੀਂ ਤਾਂ ਉਹ ਦੇਗ ਵੇਖੀ ਨਾ ਜੇ ਕੜਾ ਪ੍ਰਸ਼ਾਦ ਬਣਦਾ ਮਿੱਠੇ ਚੌਲ ਬਣਦੇ ਆ ਸਾਰੀ ਧਰਤੀ ਪਰਮਾਤਮਾ ਦੀ ਦੇਗ ਹੈ ਧਰਤੀ ਦੇਗ ਮਿਲੇ ਇੱਕ ਵੇਰਾ ਸਤਿਗੁਰ ਦੇ ਅੰਮ੍ਰਿਤ ਮਈ ਪਾਲ ਕਰਨ ਦੇ ਬੋਲਦੇ ਸਾਹਿਬ ਕਹਿਣ ਲੱਗੇ ਧਰਤੀ ਰੂਪ ਦੇਗ ਹੈ ਪਰਮਾਤਮਾ ਦੀ ਪਰਮਾਤਮਾ ਦੀ ਕਿਹੜੀ ਦੇਗ ਹੈ ਧਰਤੀ ਦੇਗ ਹੈ ਤੇ ਦੇਗ ਕਾਹਦੇ ਵਾਸਤੇ ਆ ਮਨੁੱਖਾਂ ਦੇ ਲਈ ਪਦਾਰਥ ਬਣਾਉਣ ਲਈ ਜਿਵੇਂ ਬਰਤਨ ਵਿੱਚ ਹਰ ਤਰ੍ਹਾਂ ਦੇ ਪਦਾਰਥ ਬਣਾ ਲਏ ਜਾਂਦੇ ਹਨ ਪਰਮਾਤਮਾ ਨੇ ਧਰਤੀ ਰੂਪ ਦੇਗ ਇਸ ਤਰ੍ਹਾਂ ਦੀ ਤਿਆਰ ਕਰ ਦਿੱਤੀ ਇਹਦੇ ਵਿੱਚ ਹੀ ਤੇਲ ਨੇ ਇਹਦੇ ਵਿੱਚ ਹੀ ਆਨੇ ਇਹਦੇ ਵਿੱਚ ਹੀ ਫਰੂਟ ਨੇ ਇਹਦੇ ਵਿੱਚ ਹੀ ਸੋਨਾ ਹੈ ਇਹਦੇ ਵਿੱਚ ਹੀ ਚਾਂਦੀ ਸਭ ਕੁਝ ਇਹਦੇ ਵਿੱਚ ਹੀ ਬਸ ਬਣਾ ਕੇ ਜਿਹਨੂੰ ਸਿਆਣੀ ਜਿਹਨੂੰ ਸਿਆਣੇ ਵਿਅਕਤੀ ਨੂੰ ਬਰਤਨ ਵਿੱਚ ਬਣਾਉਣਾ ਹੁੰਦਾ ਹੈ ਨਾ ਬਣਾ ਕੇ ਛੱਡ ਦਿੰਦਾ ਤੇ ਜਿਹਨੂੰ ਵਿੱਚੋਂ ਬਣਾਉਣਾ ਹੁੰਦਾ ਹੈ ਧਰਤੀ ਨੂੰ ਦੇਖ ਚੁੱਕ ਕਿਵੇਂ ਬਣਾ ਕੇ ਕੱਢਣਾ ਉਹ ਛੱਡ ਦਿੰਦਾ ਧਰਤੀ ਦੇਗ ਮਿਲੇ ਇੱਕ ਵੇਰਾ ਪਰਮਾਤਮਾ ਨੇ ਧਰਤੀ ਨੂੰ ਦੇਗ ਬਣਾ ਦਿੱਤੀ ਆਪਣੇ ਜੀਵਾਂ ਦੇ ਲਈ ਤੇ ਜੀਵ ਉਹ ਇਸ ਧਰਤੀ ਨੂੰ ਦੇਗ ਵਿੱਚੋਂ ਕੱਢ ਕੇ ਹਾਰੇ ਨੇ ਬਰਤਰੇ ਹੁਕਮੀ ਹੁਕਮ ਚਲਾਏਗਾ ਉਸ ਪਰਮਾਤਮਾ ਨੇ ਹੁਕਮ ਦੇ ਮਾਲਕ ਰੱਬ ਨੇ ਇੱਕ ਹੁਕਮ ਰੂਪ ਰਾਹ ਚਲਾ ਦਿੱਤਾ ਕਿ ਆਹ ਰਾਹ ਹੈ ਗੁਰੂ ਗ੍ਰੰਥ ਦਾ ਆਹ ਰਾਹ ਹੈ ਮੰਜ਼ਿਲ ਤੇ ਪਹੁੰਚਣ ਦਾ ਤੇ ਜੇ ਤੁਸੀਂ ਪਹੁੰਚਣਾ ਚਾਹੁੰਦੇ ਤੇ ਇਸ ਹੁਕਮ ਨੂੰ ਰਾਹ ਤੇ ਚੱਲ ਹੁਕਮ ਕੀ ਹੈ ਸਿੱਧੂ ਜੀ ਪੌੜੀ ਕੇ ਸਮਝ ਲਿਆ ਉਸਦੇ ਨਿਜ਼ਮ ਨੂੰ ਉਹਦੇ ਲਾਲ ਨੂੰ ਉਹਦੇ ਸਿਧਾਂਤ ਨੂੰ ਉਹਦੇ ਕਾਨੂੰਨ ਨੂੰ ਹੁਕਮ ਕਿਹਾ ਗਿਆ ਉਹ ਉਸ ਕਾਨੂੰਨ ਦੀ ਉਸ ਲਾਲ ਦੀ ਉਸ ਸਿਧਾਂਤ ਦੀ ਸਾਰੀ ਦੀ ਸਾਰੀ ਵਿਆਖਿਆ ਗੁਰਬਾਣੀ ਕਰ ਲਈ ਗਈ ਤੇ ਗੁਰਬਾਣੀ ਵਿੱਚ ਉਹਦੇ ਲਾਲ ਉਹਦੇ ਨਿਜ਼ਮ ਨੂੰ ਸਮਝ ਕੇ ਆਪਣੇ ਜੀਵਨ ਦੇ ਕੋਲ ਨਾਨਕ ਵਿਗਸੈ ਵੇਪਰਵਾ ਹੇ ਨਾਨਕ ਉਹ ਵੇਪਰਵਾ ਆਤਮ ਵਾਹਿਗੁਰੂ ਸਾਰੇ ਜੀਵ ਜੰਤਾਂ ਦੀ ਸੰਭਾਲ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਦੇ ਪਰਵਾਹ ਉਹਨੂੰ ਫਿਕਰ ਨਹੀਂ ਹੋਈ ਸਾਡੇ ਘਰ ਚਾਰ ਜੀ ਆਉਂਦੇ ਹੋਣ ਪ੍ਰਾਹੁਣੇ ਆਉਂਦੇ ਹੋਣ ਸਾਨੂੰ ਪਤਾ ਲੱਗ ਗਿਆ ਦੇਸ਼ ਤੋਂ ਮਹਿਮਾਨ ਆ ਰਹੇ ਨੇ ਤੇ ਮਹੀਨਾ ਪਹਿਲਾਂ ਪਲੈਨ ਕਰਨ ਲੱਗ ਪਏ ਆ ਤੇ ਜੇ ਕਿਤੇ ਵਿਆਹ ਰੱਖਿਆ ਹੋਵੇ ਨਾ ਤੇ ਉਦਾਂ ਹੀ ਸਿਰ ਗੁਰਪੁਰ ਨੂੰ ਮੇਲ ਲੱਗਦਾ ਬੜੀ ਚਿੰਤਾ ਲੱਗੀ ਰਹਿੰਦੀ ਆਹ ਕੰਮ ਕਰਨਾ ਉਹ ਕੰਮ ਕਰਨ ਲੱਗ ਤੇ ਪਰਮਾਤਮਾ ਦੇਖੋ ਕਿੱਡੇ ਵੱਡੇ ਬ੍ਰਹਿਮੰਡ ਦਾ ਅਰੇਂਜਮੈਂਟ ਕਰ ਰਿਹਾ ਉਹਨੂੰ ਫਿਕਰ ਕੋਈ ਨਹੀਂ ਪਰਵਾਹ ਦਿਸੇ ਉਹ ਖੁਸ਼ ਪ੍ਰਸੰਨ ਅਸੀਂ ਪਰਮਾਤਮਾ ਦੇ ਹੁਕਮ ਨੂੰ ਚਲਾਏ ਹੋਏ ਰਾਹ ਤੇ ਚੱਲਦੇ ਹਾਂ ਅਸੀਂ ਵੀ ਬੇਪਰਵਾਹ ਬਣਨਾ ਹੈ ਪਰਮਾਤਮਾ ਦਾ ਅਸੀਂ ਲਾਪਰਵਾਹ ਬਣਨਾ ਗੁਰਬਾਣੀ ਸਾਨੂੰ ਸੁਚੇਤ ਰਹਿਣ ਦੀ ਸਿੱਖਿਆ ਦੇ ਗੁਰਬਾਣੀ ਕਹਿ ਰਹੀ ਸੱਜਣਾ ਪਰਮਾਤਮਾ ਬੇਪਰਵਾਹ ਤੂੰ ਬੇਪਰਵਾਹ ਬਣ ਲਾਪਰਵਾਹ ਤੂੰ ਬਣ ਰਹੇ ਤੇ ਜਦੋਂ ਅਸੀਂ ਗੁਰੂ ਦੀ ਸਿੱਖਿਆ ਵੱਲੋਂ ਲਾਪਰਵਾਹ ਹੋ ਗਏ ਗੁਰੂ ਦੇ ਉਪਦੇਸ਼ ਵੱਲੋਂ ਲਾਪਰਵਾਹ ਹੋ ਗਏ ਪਰਮਾਤਮਾ ਵੱਲੋਂ ਲਾਪਰਵਾਹ ਹੋ ਗਏ ਤੇ ਫਿਰ ਸਾਡੇ ਜੀਵਨ 'ਚ ਖੁਆਰੀ ਹੋਈ ਸੀ ਫਿਰ ਤਾਂ ਖੁਆਰੀ ਹੋਈ ਸੀ ਲਾਜ਼ਮ ਸੀ ਤੇ ਜੇ ਚਾਹੁੰਦੇ ਹਾਂ ਕਿ ਅਸੀਂ ਉਹਦੀਆਂ ਬਖਸ਼ਿਸ਼ਾਂ ਦੇ ਉਪਦੇਸ਼ਾਂ ਨੂੰ ਮਾਣੀਏ ਤੇ ਫਿਰ ਲਾਪਰਵਾਹ ਦੀ ਰਿਸਪੋਂਸੀਬਿਲਿਟੀ ਨੂੰ ਸਮਝਿਆ ਪਵੇ ਰਿਸਪੋਂਸੀਬਲ ਬਣਨਾ ਪਵੇ ਤੇ ਜਦੋਂ ਅਸੀਂ ਜ਼ਿੰਮੇਵਾਰ ਬਣਾਂਗੇ ਅਸੀਂ ਬੇਪਰਵਾਹ ਵੀ ਬਣ ਜਾਵਾਂਗੇ ਕਿਉਂਕਿ ਸਾਡਾ ਪਰਮਾਤਮਾ ਬੇਪਰਵਾਹ ਸੋ ਅੱਜ ਦੀ ਕਥਾ ਦਾ ਟੇਕ ਹੋਮ ਜੋ ਮੈਸੇਜ ਹੈ ਰੱਬੀ ਗੁਣਾਂ ਨੂੰ ਦਿੜ ਕਰਨਾ ਤੇ ਕਰੋਣਾ ਇਹ ਗੁਣ ਜਦੋਂ ਬਾਹਰ ਬਾਹਰ ਦੇ ਗੁਣਾਂ ਨੂੰ ਦਿੜ ਕਰਦੇ ਹਾਂ ਬਾਹਰ ਬਾਹਰ ਦੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਕਮਾਉਣ ਦਾ ਯਤਨ ਕਰ ਰਹੇ ਹਾਂ ਇਹ ਅਸੀਂ ਗਾ ਰਹੇ ਹਾਂ ਜੋ ਰੱਬੀ ਗੁਣ ਗਾਏ ਨੇ ਉਹਨਾਂ ਨੂੰ ਜੀਵਨ ਵਿੱਚ ਕਮਾ ਲੈਣਾ ਨਾਲ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਇਹ ਸਭ ਤੋਂ ਵਧੀਆ ਵਸੀਲਾ ਗੁਣ ਕਹੋ ਹਰ ਰਹੋ ਇਸ ਤਰੀਕੇ ਨਾਲ ਪਰਮਾਤਮਾ ਪ੍ਰਾਪਤ ਕਰ ਲਓ ਪਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਕੀ ਅਸੀਂ ਪਰਮੇਸ਼ਰ ਦੀ ਯਾਦ ਨੂੰ ਆਪਣੇ ਮਨ ਤੋਂ ਵਿਸਾਰਿਆ ਤਾਂ ਨਹੀਂ ਅੱਜ ਦੀ ਕਥਾ ਦੇ ਦੌਰਾਨ ਅਸੀਂ ਸਮਝਣ ਦਾ ਯਤਨ ਕਰ ਤੇ ਜੇ ਵਿਸਾਰਿਆ ਹੋਇਆ ਹੈ
ਤੇਰੀ ਗਾਵੀ ਦੀ ਪੌੜੀ ਸਾਨੂੰ ਬਾਰ ਬਾਰ ਕਹਿ ਰਹੀ ਕਿ ਜਿਸ ਪਰਮਾਤਮਾ ਨੂੰ ਭਲਾਇਆ ਹੋਵੇ ਨਾ ਉਹਦੇ ਗੁਣਾਂ ਨੂੰ ਯਾਦ ਕਰਕੇ ਉਹਦੀ ਸਿੱਖਿਆ ਨੂੰ ਯਾਦ ਕਰਕੇ ਉਹਦੇ ਉਪਦੇਸ਼ ਨੂੰ ਵਸਾਉਣ ਦਾ ਯਤਨ ਕਰਨਾ ਹੈ ਤਾਂ ਕਿ ਤੇਰੇ ਪਰਮਾਤਮਾ ਕਦੇ ਭੁੱਲ ਨਹੀਂ। ਅੱਜ ਦੀ ਕਥਾ ਦਾ ਜੋ ਕਨਕਲੂਜ਼ਨ ਹੈ ਉਹਨੂੰ ਅਸੀਂ ਇੱਕ ਵਾਰੀ ਫਿਰ ਦਿਲ ਕਰ ਲਈਏ। ਪਾਵਰ ਕੋਡ ਦੀ ਅਖੀਰ ਦੀ ਪੰਕਤੀ ਹੁਕਮੀ ਹੁਕਮ ਚਲਾਏ ਰਾ, ਇੱਕ ਵਾਰੀ ਸਾਰੇ ਜਣੇ ਪੜ੍ਹ ਲਈਏ। ਹੁਕਮੀ ਹੁਕਮ ਚਲਾਏ ਰਾ ਨਾਨਕ ਵਿਰਸੈ ਬੇਪਰਵਾਹ। ਇਹ ਅੱਜ ਦੀ ਕਥਾ ਦਾ ਕਨਕਲੂਜ਼ਨ ਹੈ। ਸਤਿਗੁਰ ਕਿਰਪਾ ਕਰੇ, ਪਰਮਾਤਮਾ ਨੇ ਚਲਾਏ ਨੂੰ ਹੁਕਮ ਰੂਪ ਰਾਹ ਤੇ ਚੱਲਣ ਦੀ ਜਾਚ ਕਰ ਜਾਏ। ਬੇਪਰਵਾਹ ਬਣ ਕੇ ਜੀਵਨ ਬਤੀਤ ਕਰੀਏ, ਲਾਪਰਵਾਹੀ ਛੱਡ ਕੇ ਜ਼ਿੰਮੇਵਾਰ ਬਣੀਏ। ਇਹੀ ਭਾਵ ਉਪਦੇਸ਼ ਅੱਜ ਦੀ ਕਥਾ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦਿਲ ਕਰਾਉਂਦੇ ਨੇ। ਵਿਚਾਰ ਕਰਦੇ ਹਾਂ ਕਿਸੇ ਦੇ ਦਿਲ ਦੁਖਾਉਣ ਦੀ ਗੱਲ ਕਹੀ ਗਈ ਹੋਵੇ ਦੱਸ ਦਿਓ, ਹੱਥ ਜੋੜ ਕੇ ਮਾਫ਼ੀ ਮੰਗਦਾ ਹੈ। ਪਰਿਵਾਰ ਨੂੰ